ਸਥਾਨ ਖੜਾ ਹੈ ਬਿਲਕੁਲ ਕਣਕ ਦੇ ਵਿੱਚ ਇਹ ਲਾਹੌਰ ਫਿਰੋਜ਼ਪੁਰ ਰੋਡ ਇਹਨੂੰ ਕਹਿੰਦੇ ਆ ਪਹਿਲੀ ਥੰਮੀ ਦੀ ਤੁਸੀਂ ਆ ਦੇਖ ਲੋ ਆ ਦੇਖੋ ਮਗੋਰਾ ਛੱਤ ਚ ਹੀ ਦਿਖਾਈ ਦੇ ਜਾ ਰਿਹਾ ਇੱਥੇ ਹੀ ਉਹਨਾਂ ਨੇ ਤੂਤਾਂ ਵਾਲਾ ਖੂਨ ਨਾਵ ਲਿਖਿਆ ਸੀ ਇਹਨੇ ਢੰਮ ਕਰਕੇ ਢਿਗ ਪੈਣਾ ਹੋਰ ਆ ਜੇ ਸਰ ਕੋ ਚਾ ਚੁ ਬਸ ਜੀ ਬਸ ਮਿਹਰਬਾਨੀ ਜੀ ਇਹੀ ਸੋਚੀ ਜਾਣਾ ਕਿ ਇੱਥੇ ਸੋਨਾ ਹੋਏਗਾ ਆਪਾਂ ਇਸ ਵੇਲੇ ਖੜੇ ਆ ਜੀ ਕਸੂਰ ਸ਼ਹਿਰ ਜਿਹੜਾ ਫਿਰੋਜ਼ਪੁਰ ਦੇ ਲਾਗੇ ਪੈਂਦਾ ਉਤੋਂ 10 ਕਿਲੋਮੀਟਰ ਦੂਰ ਇਹ ਪਿੰਡ ਹੈ ਜੀ ਕਾਦੀ ਵਿੰਡ ਇਹ ਗਿਆਨੀ ਸੋਹਣ ਸਿੰਘ ਸੀਤਲ ਜੀ ਹੋਣਾ ਦਾ ਅਸਲੀ ਪਿੰਡ ਹੈ ਜੀ ਜੱਦੀ ਪਿੰਡ ਹੈ 47 ਤੋਂ ਪਹਿਲਾਂ ਉਹ ਇੱਥੇ ਰਹੇ ਹਨ ਇੱਥੇ ਹੀ ਢਾਡੀਵਾਰਾਂ ਵੀ ਗਾਉਂਦੇ ਰਹੇ ਹਨ ਆਹ ਤੇ ਵੈਸੇ ਇੱਕ ਗੇਟ ਬਣਿਆ ਹੋਇਆ ਪਿੰਡ ਦੇ ਵਿੱਚ ਅਸੀਂ ਖੜੇ ਆ ਪਰ ਅਸਲ ਦੇ ਵਿੱਚ ਜਿੱਥੇ ਉਹਨਾਂ ਦਾ ਘਰ ਸੀਗਾ ਉੱਥੇ ਹੁਣ ਇੱਕ ਨਵਾਂ ਘਰ ਬਣ ਚੁੱਕਾ ਹੈ। ਪੁਰਵਾ ਭੈਣ ਜੀ ਪਹਿਲਾਂ ਇੱਥੇ ਆ ਚੁੱਕੇ ਹਨ। ਉਹਨਾਂ ਨੇ ਪੁਰਾਣਾ ਘਰ ਵੀ ਵੇਖਿਆ ਹੈ। ਦ ਸਿੱਖ ਹੈਰੀਟੇਜ ਬੁੱਕ ਦੇ ਵਿੱਚ ਵੀ ਉਹਦੀ ਫੋਟੋ ਲੱਗੀ ਹੈ ਪਰ ਉਹ ਪੁਰਾਣਾ ਘਰ ਸੀ ਇਸ ਕਰਕੇ ਅਸੀਂ ਨਹੀਂ ਗਏ। ਹੁਣ ਨਵਾਂ ਘਰ ਬਾਹਰੋਂ ਹੀ ਇੱਕ ਸ਼ਾਟ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਘਰ ਨਵਾਂ ਬਣ ਚੁੱਕਾ ਹੈ। ਇੱਥੇ ਹੀ ਉਹਨਾਂ ਨੇ ਤੂਤਾਂ ਵਾਲਾ ਖੂਨ ਨਾਵ ਲਿਖਿਆ ਸੀ। ਅੱਜ ਸਾਡੀ ਕੋਸ਼ਿਸ਼ ਰਹਿਣੀ ਪਤਾ ਕਰੀਏ ਕਿ ਜੇ ਉਹ ਸਾਨੂੰ ਪਤਾ ਲੱਗ ਜੇ ਖੂ ਹੈ ਵਾ ਫਿਰ ਵੀ ਠੀਕ ਹੈ ਜੇ ਨਹੀਂ ਹੈਗਾ ਤੇ ਉਹ ਐਗਜ਼ੈਕਟ ਖੂ ਕਿੱਥੇ ਸੀ। ਪਰ ਉਸ ਤੋਂ ਪਹਿਲਾਂ ਅਸੀਂ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਜਿੱਥੇ ਦਰਸ਼ਨ ਕਰਨ ਜਾਣੇ ਹਨ ਉਸ ਤੋਂ ਬਾਅਦ ਤੂਤਾਂ ਵਾਲਾ ਖੂਹ ਲੱਭਦੇ ਆਂ ਜੀ ਗਿਆਨੀ ਜੀ ਜਦੋਂ ਇਸ ਪਿੰਡ 'ਚ ਰਹਿੰਦੇ ਸੀ ਉਹਨਾਂ ਦੀਆਂ ਦੋ ਪੁਸਤਕਾਂ ਵਾ ਜਿਹੜੇ ਪੜਨ ਵਾਲੇ ਉਹਨਾਂ ਨੂੰ ਪਤਾ ਹੈ ਕਿ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ ਬਹੁਤ ਹੀ ਹੈਂਡਫੁੱਲ ਬਹੁਤ ਹੀ ਵਧੀਆ ਬੁੱਕਸ ਆ ਰੈਫਰ ਕਰਨ ਲਈ ਵੈਸੇ ਵੀ ਗਿਆਨੀ ਸੋਹਣ ਸਿੰਘ ਸੀਤਲੋਣਾ ਦੀ ਕੋਈ ਵੀ ਲਿਖਤ ਜਿਹੜੀ ਬਹੁਤ ਪਿਆਰੀ ਹੁੰਦੀ ਹੈ ਦੱਸਦੇ ਹਨ ਕਿ ਸਿੱਖ ਰਾਜ ਕਿਵੇਂ ਗਿਆ ਉਹ ਉਹਨਾਂ ਨੇ ਇੱਥੇ ਲਿਖਣਾ ਸ਼ੁਰੂ ਕੀਤਾ ਸੀ ਪਰ 47 ਦੀ ਜਦੋਂ ਵੰਡ ਹੋ ਗਈ ਉਹਦੇ ਵਿੱਚ ਉਹ ਜਿਹੜਾ ਲਿਖਿਆ ਖਰੜਾ ਵੀ ਗਵਾਚ ਗਿਆ ਸੀ ਫਿਰ ਉਹਨਾਂ ਨੂੰ ਚੜ੍ਹਦੇ ਪੰਜਾਬ 'ਚ ਜਾ ਕੇ ਦੁਬਾਰਾ ਲਿਖਣੀ ਪਈ ਸੀ ਆਓ ਪਹਿਲਾਂ ਆਪਾਂ ਇੱਥੇ ਪਿੰਡ ਚ ਧੰਤਾਂ ਸਿਰ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਸਥਾਨ ਹੈ ਪਿੰਡੋਂ ਬਾਹਰ-ਬਾਰ ਉਹਦੇ ਦਰਸ਼ਨ ਕਰਕੇ ਉਹਨੇ ਫਿਰ ਅੱਗੇ ਚੱਲਾਂਗੇ ਆ ਕਾਦੀਵਿੰਡ ਪਿੰਡ ਤੋਂ ਨਾਲ ਹੀ ਅੱਗੇ ਤਰਗੇ ਪਿੰਡ ਹੈ ਤਰਗੇ ਪਿੰਡ ਦੀ ਇਹ ਜ਼ਮੀਨ ਹੈ ਹੁਣ ਆਪਾਂ ਜਿੱਥੇ ਜਾ ਰਹੇ ਹਾਂ ਇੱਕ ਪਾਸੇ ਇਹ ਕਣਕ ਉੱਚੀ ਪੈਲੀ ਹੈ ਇਧਰ ਨੀਵੀਂ ਪੈਲੀ ਹੈ ਤੇ ਵਾਟਾ ਥੋੜਾ ਗਿੱਲਾ ਵੀ ਹੈ ਥਾਂ ਉਹ ਵੱਟ ਦੇ ਉੱਪਰੋਂ ਦੇਖੋ तकरीबन ਇੱਥੋਂ 2 ਕਿਲੇ ਦੂਰ ਗੁਰਦੁਆਰਾ ਸਾਹਿਬ ਜੀ ਦੀ ਬਿਲਡਿੰਗ ਹੈ 2 ਮੰਜ਼ਲਾਂ ਉੱਤੇ ਗੁੰਬਦ ਕੱਲਾ ਖੇਤਾਂ 'ਚ ਖਲੋਤਾ ਆਓ ਲਾਗੇ ਚੱਲ ਕੇ ਦਰਸ਼ਨ ਕਰਦੇ ਸੁਸੰਗਤ ਜੀ ਜਿਹੜਾ ਇਹ ਸਥਾਨ ਖੜਾ ਹੈ ਬਿਲਕੁਲ ਕਣਕ ਦੇ ਵਿੱਚ ਇੱਕ ਥੱਲੇ ਥੜਾ ਜਿਹਾ ਬਣਿਆ ਹੋਇਆ ਹੈ 4 ਹੀ ਬੁਰਜੀਆਂ ਹਨ ਤੇ ਲਾਗੇ ਜਾ ਕੇ ਆਪਾਂ ਦੇਖਦੇ ਹਾਂ ਕੀ ਹਾਲਾਤ ਹੈ ਅੱਜ ਹੈ ਕਿ ਕੱਲ ਹੈ ਜਦੋਂ ਇਹ ਨਿਸ਼ਾਨੀ ਸ਼ਾਇਦ ਸਦਾ ਵਾਸਤੇ ਸਾਡੇ ਤੋਂ ਖਤਮ ਹੋ ਜੇਗੀ ਇਹ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਸਥਾਨ ਹੈ ਜੀ ਇਸ ਨੂੰ ਗੁਰਦੁਆਰਾ ਝਾੜੀ ਸਾਹਿਬ ਕਹਿੰਦੇ ਹਨ ਜਿਹੜੀ ਬੁੱਕ ਦ ਸਿੱਖ ਹੈਰੀਟੇਜ ਵਿੱਚ ਲਿਖਿਆ ਹੈ ਕਿ ਗੁਰੂ ਜੀ ਇੱਥੇ ਕਸੂਰ ਦੇ ਖਤਰੀ ਸਿੱਖਾਂ ਵੱਲ ਆਏ ਸੀ ਤੇ ਇੱਥੇ ਠਹਿਰ ਗਏ ਅੱਗੇ ਕਸੂਰ ਨਹੀਂ ਗਏ ਕਈ ਦਿਨ ਇੱਥੇ ਰਹੇ ਲੋਕਾਂ ਨੇ ਬੜੀ ਸੇਵਾ ਕੀਤੀ ਸੀ ਤੇ ਇੱਥੇ ਫਿਰੇ ਛੋਟਾ ਜਿਹਾ ਸਥਾਨ ਬਣ ਗਿਆ ਇਹਦੀ ਸੇਵਾ ਸਰਦਾਰ ਖੜਕ ਸਿੰਘ ਥਾਣੇਦਾਰ ਹਰਗੋਬਿੰਦਪੁਰੀ ਨੇ ਕਰਾਈ ਸੀ ਤੇ ਜਿੱਥੇ ਕਿਲਿਆਂ ਦੇ ਨਾਲ ਗੁਰੂ ਸਾਹਿਬ ਜੀ ਦਾ ਘੋੜਾ ਬੱਦਾ ਸੀ ਉਹ ਬਰਿਸ਼ ਅਜੇ ਤੱਕ ਮੌਜੂਦ ਹਨ ਇਹ ਗੱਲ ਲਿਖੀ ਹੋਈ ਹੈ ਜੀ ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਦੀ ਹੁਣ ਹੁਣ ਬਰਿਸ਼ ਤੇ ਮੈਨੂੰ ਲੱਗਦਾ ਅਗਲੇ ਦੋ ਦੋ ਕਿਲਿਆਂ 'ਚ ਵੀ ਕੋਈ ਨਹੀਂ ਹੈਗਾ ਕਿਉਂਕਿ ਬਿਜੀ ਹੋਈ ਹੈ ਜਿਵੇਂ ਆਪਣੇ ਚੜਦੇ 'ਚ ਖੇਤ ਹੁੰਦੇ ਆ ਕੋਈ ਦਰਖਤ ਨਹੀਂ ਛੜਦੇ ਇੱਥੇ ਵੀ ਹੁਣ ਕੋਈ ਦਰਖਤ ਨਹੀਂ ਕੱਲੀ ਬਿਲਡਿੰਗ ਖੜੀ ਹੈ ਤੇ ਇੱਥੇ ਲਿਖਿਆ ਹੋਇਆ ਕਿ ਗੁਰਦੁਆਰੇ ਦੇ ਨਾਲ ਪੰਜ ਕਮਾਓ ਪੰਜ ਕਿੱਲੇ ਜ਼ਮੀਨ ਤੇ ਦੋ ਕਿਲੇ ਸਲੱਖਣ ਸਿੰਘ ਕਾਦੀਵਿੰਡ ਵੱਲੋਂ ਲਾਈ ਗਈ ਹੈ ਕਾਦੀਵਿੰਡ ਉਹੀ ਪਿੰਡ ਜਿੱਥੋਂ ਆਪਾਂ ਆਏ ਆ ਪਿੱਛੋਂ ਤੇ ਇਹ ਹਾਲਾਤ ਆ ਆਪਾਂ ਥੱਲੇ ਵੀ ਚਲਦੇ ਹੁਣ ਅੱਗੇ ਵੇਖ ਕੇ ਆਉਨੇ ਆ ਆ ਮੈਨੂੰ ਵੀਰ ਵੇਖ ਕੇ ਆ ਗਏ ਇੱਧਰ ਸਾਡੇ ਨਾਲ ਹੀ ਮਗਰ ਤੇ ਮੈਂ ਪੁੱਛਣ ਦਿਆਂ ਇਹਨਾਂ ਨੂੰ ਤੇ ਕਹਿੰਦੇ ਸਾਡੀ ਪੈਲੀ ਸਾਡੇ ਚਾਚੇ ਦੀ ਆ ਤੇ ਮੈਂ ਵੇਖਿਆ ਵੀ ਉਹ ਕਣਕ ਦੇ ਵਿੱਚ ਰਸਤਾ ਜਿਹਾ ਬਣਿਆ ਅੱਗੇ ਜਿੱਥੋਂ ਦੀ ਹੁਣੇ ਆਪਾਂ ਵੀ ਲੰਘ ਕੇ ਜਾਣਾ ਤੁਹਾ ਮ ਪੁੱਛ ਰਿਹਾ ਸੀ ਵੀ ਇੱਥੇ ਲੋਕ ਆਉਂਦੇ ਆ ਤੇ ਕਹਿੰਦੇ ਆਉਂਦੇ ਕਿੰਨੇ ਕੁ ਲੋਕ ਆਉਂਦੇ ਇੱਥੇ ਮੈਂ ਕਾਫੀ ਦਫਾ ਆਇਆ ਹਾਂ ਯਾਹ ਪੇ ਆਪਕੇ ਸਰਦਾਰ ਲੋਕ ਯਾਹ ਪੇ ਇੱਕ ਦਫਾ ਯਾਹ ਪੇ ਫੌਜ ਵੀ ਆਈ ਸੀ ਇਹ ਨਾ نیچے ਜੋ ਖੱਡਾ ਨਹੀਂ ਉਸਮੇ ਖੱਡਾ ਵਾਹਾਂ ਸੇ ਕੋਈ ਕਿਸੇ ਨੇ ਪੁਟਾ ਥਾ ਯਾਹ ਸੋਨੇ ਕੀ ਵਗੈਰਾ ਕੋਈ ਤਲਾਸ਼ ਥੀ ਅੱਛਾ ਇਹ ਬੜੀ ਪ੍ਰੋਬਲਮ ਆ ਜਿਹੜੀ ਹਰ ਥਾਂ ਸੋਨਾ ਹੀ ਲੱਭਦੀ ਰਹਿੰਦੀ ਦੁਨੀਆ ਬਿਲਡਿੰਗ ਖਰਾਬ ਕਰ ਜਾਂਦੇ ਆ ਇਹੀ ਫਿਰ ਉਹ ਵੀ ਗੁਰਦਵਾਰ ਸਾਹਿਬ ਜਿਹੜਾ ਆਪਾਂ ਕੱਲ ਗਏ ਸੀ ਪਿਛਲਾ ਉਹ ਵੀ ਤਾਂ ਹੀ ਪੁਟਿਆ ਸੀਗਾ ਕਿ ਉੱਥੋਂ ਵੀ ਸੋਨਾ ਹੀ ਲੱਭਦੇ ਸੀ ਚਲ ਜਿਹਨੂੰ ਕਣਕ ਦੇ ਵਿੱਚ ਜਾਣ ਲਈ ਰਸਤਾ ਜਿਹਨੂੰ ਆਪਾਂ ਡੰਡੀ ਕਹਿੰਦੇ ਸੀ ਇਹ ਡੰਡੀ ਪਾਈ ਹੈ ਕਿਉਂਕਿ ਕਦੇ-ਕਦਾਂ ਇੱਥੇ ਕੋਈ ਨਾ ਕੋਈ ਸਿੱਖ ਯਾਤਰੀ ਆਉਂਦਾ ਹੈ ਜਿਹੜਾ ਇੱਥੇ ਦਰਸ਼ਨ ਕਰਨ ਆਉਂਦਾ ਸੋ ਆਪਾਂ ਬਿਲਡਿੰਗ ਦੇ ਲਾਗੇ ਪਹੁੰਚ ਗਏ ਆ ਦ ਸਿੱਖ ਹੈਰੀਟੇਜ ਚ ਲਿਖਿਆ ਕਿ ਭਾਈ ਪੂਰੇ ਦੇ ਕਹਿਣ ਦੇ ਉੱਤੇ ਬੇਨਤੀ ਕਰਨ ਦੇ ਉੱਤੇ ਗੁਰੂ ਸਾਹਿਬ ਇੱਥੇ ਆਏ ਸੀ ਭਾਈ ਪੂਰਾ ਇਧਰ ਦਾ ਰਹਿਣ ਵਾਲਾ ਸੀ ਤੇ ਜਦੋਂ ਉਹ ਸਿੱਖ ਬਣ ਗਿਆ ਸੀ ਤੇ ਉਦੋਂ ਜਿਹੜੇ ਪਿੰਡ ਦੇ ਬ੍ਰਾਹਮਣ ਸੀਗੇ ਉਹਨਾਂ ਨੇ ਉੱਤੇ ਮਨਾਹੀ ਕਰ ਦਿੱਤੀ ਕਿ ਤੂੰ ਪਾਣੀ ਨਹੀਂ ਭਰ ਸਕਦਾ ਖੂਹ ਦੇ ਉਤੋਂ ਉਦੋਂ ਉਹਦੇ ਬੇਨਤੀ ਕਰਨ ਤੇ ਗੁਰੂ ਸਾਹਿਬ ਇਸ ਏਰੀਏ 'ਚ ਆਏ ਸੀ ਬਹੁਤ ਸਾਰਾ ਇਤਿਹਾਸ ਇਹ ਇਹ ਵੀ ਹੈ ਕਿ ਨਹੀਂ ਮੰਨਦਾ ਕਿ ਗੁਰੂ ਅਮਰਦਾਸ ਸਾਹਿਬ ਜੀ ਇਸ ਇਲਾਕੇ 'ਚ ਆਏ ਹਨ ਪਰ ਇਹ ਅਸਲੀਅਤ ਹੈ ਇਹ ਗੁਰਦੁਆਰਾ ਝਾੜੀ ਸਾਹਿਬ ਹੈ ਇਹਦੇ ਨਾਲ ਹੋਰ ਵੀ ਬਹੁਤ ਸ਼ਤੌਤ ਸੀ ਸਾਰਾ ਕੁਝ ਸੀ ਪਰ ਅੱਜ ਸਿਰਫ ਇੱਕ ਇਹੀ ਯਾਦਗਾਰ ਖੜੀ ਹੈ ਜਿਹਦੇ ਆਪਾਂ ਦਰਸ਼ਨ ਕਰਨ ਆਏ ਆ ਪਹਿਲੀ ਥੰਮੀ ਦੀ ਤੁਸੀਂ ਆ ਦੇਖ ਲਓ ਕਿ ਜਿਹੜੀ ਥੰਮੀ 4 ਫੁੱਟ ਬਾਈ 4 ਫੁੱਟ ਦੀ ਸੀ ਨਾ ਆ ਵਿਚਕਾਰੋਂ ਜਾ ਕੇ ਤਕਰੀਬਨ ਹੁਣ 2 ਫੁੱਟ ਤੋਂ ਵੀ ਘੱਟ ਰਹਿ ਗਿਆ ਇਹਦਾ ਘੇਰਾ ਸੋ ਇਹ ਜਿਹੜੀਆਂ ਇੱਟਾਂ ਵਾਂ ਇਹਨਾਂ ਨੂੰ ਕੌਣ ਤੋੜਦਾ ਹੈ ਇਹ ਬੱਚੇ ਖੇਡਦੇ ਨੇ ਸਕੂਲਾਂ ਆ ਕੇ ਤੇ ਬੱਚਿਆਂ ਨੂੰ ਨਾ ਆਉਣ ਦਿਆ ਕਰੋ ਇਹ ਤਾਂ ਖਤਮ ਹੋ ਜੇਗੀ ਐਡੀ ਸੋਹਣੀ ਨਿਸ਼ਾਨੀ ਜਿੰਨੇ ਦਿਨੇ ਨਿਸ਼ਾਨੀ ਹੈ ਅਸੀਂ ਵੀ ਇੱਥੇ ਆਉਂਦੇ ਰਵਾਂਗੇ ਤੁਹਾਨੂੰ ਸਰਦਾਰ ਮਿਲਦੇ ਰਹਿਣਗੇ ਜਦੋਂ ਨਿਸ਼ਾਨੀ ਖਤਮ ਹੋ ਗਈ ਸਾਡੇ ਵੀ ਕਿਸੇ ਨੇ ਨਹੀਂ ਇੱਥੇ ਆਉਣਾ ਠੀਕ ਨਹੀਂ ਗੱਲ ਸਮਝ ਆ ਗਈ ਸੋ ਬੱਚਿਆਂ ਨੂੰ ਨਾ ਇੱਥੇ ਖੇਡਣ ਦਿਆ ਕਰੋ ਸੋ ਵੀਰ ਕਹਿੰਦਾ ਬੱਚੇ ਖੇਡਣ ਆਉਂਦੇ ਆ ਤੇ ਆਹ ਦੇਖੋ ਸਾਰਾ ਕੰਮ ਖਰਾਬ ਕਰਦੇ ਉਹ ਇੱਕ ਇਹ ਥੰਮੀ ਸਭ ਤੋਂ ਮਾੜੀ ਹਾਲਾਤ ਚ ਅਸਲ ਚ ਤੇ ਚਾਹੀਦਾ ਜੇ ਇਹਨੂੰ ਹੁਣ ਸਪੋਰਟ ਮਿਲ ਜੇ ਤੇ ਇਹਨੂੰ ਸਪੋਰਟ ਦੀ ਲੋੜ ਐ ਚੜਦੇ ਜੀ ਆਡੇ ਜ਼ੋਰ ਲੱਗਾ ਹੋਇਆ ਸਾਰਾ ਇੱਕ ਗੁਰਦਵਾਰ ਸਾਹਿਬ ਢਾ ਲੈਂਦੇ ਆ ਦੂਜਾ ਬਣਾ ਲੈਂਦੇ ਆ ਫੇਰ ਪਹਿਲਾ ਢਾ ਲੈਂਦੇ ਆ ਫੇਰ ਦੂਜੇ ਤੇ ਸੋਨਾ ਲਾ ਲੈਂਦੇ ਆ ਚਲੋ ਉੱਥੇ ਵੀ ਕਰੋ ਪਰ ਇੱਧਰ ਵੀ ਤੇ ਆ ਜਾਓ ਕਦੀ ਭਾਈ ਸੰਗਤ ਦਾ ਪੈਸਾ ਕਿਤੇ ਸਹੀ ਥਾਂ ਲੱਗ ਜੇ ਸਾਰਾ ਜ਼ੋਰ ਲੱਗ ਗਿਆ ਸਾਡਾ ਲੰਗਰ ਲਾਉਣ ਦੇ ਉੱਤੇ ਸੋ ਦੇਖੋ ਜੀ ਆ ਥੰਮੀਆਂ ਦੋਵੇਂ ਆ ਪਹਿਲੀ ਮੰਜ਼ਲ ਹੀ ਇੱਥੇ ਹੋ ਸਕਦਾ ਛੱਤ ਹੋਵੇ ਉਦੋਂ ਜਿਹੜੀ ਹੁਣ ਬਿਲਕੁਲ ਖਤਮ ਹੋ ਗਈ ਐ ਉਹ ਗੁੰਬਦ ਤਾਂ ਤੇ ਗੁੰਬਦ ਦੇ ਵਿੱਚ ਵੀ ਮਘੋਰਾ ਹੋਇਆ ਉਤੋਂ ਹੁਣ ਉਹ ਗੁੰਬਦ ਦੇ ਨਾਲ ਕੁੰਡਾ ਅਜੇ ਵੀ ਲਟਕ ਰਿਹਾ ਹੈ ਜਿਹਦੇ ਨਾਲ ਉਤੋਂ ਝੂਮਰ ਹੁੰਦਾ ਹੋਏਗਾ ਕੋਈ ਔਰ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੋਏਗਾ ਨਾ ਇੱਥੇ ਆ ਵੀਰ ਦੱਸ ਰਹੇ ਕਿ ਇੱਕ ਵਾਰੀ ਕੋਈ ਆਏ ਸੀ ਤੇ ਉਹ ਇੱਥੋਂ ਪੁੱਟਿਆ ਇਹ ਬੜੀ ਬਿਮਾਰੀ ਆ ਵੀ ਇਹੀ ਸੋਚੀ ਜਾਣਾ ਕਿ ਇੱਥੇ ਸੋਨਾ ਹੋਏਗਾ ਕੋਈ ਹੱਥੀ ਵੀ ਕਰ ਲਿਆ ਕਰੋ ਜਿਹੜਾ ਆਉਂਦਾ ਉਹੀ ਇਹ ਪੁਰਾਣੀਆਂ ਇਮਾਰਤਾਂ ਨੂੰ ਪੁੱਟ-ਪੁੱਟ ਕੇ ਸੋਨਾ ਲੱਭਦਾ ਰਹਿੰਦਾ ਹੈ ਕਿ ਬਸ ਮੈਨੂੰ ਰਾਤੋ-ਰਾਤ ਸੋਨਾ ਮਿਲ ਜੇ ਤੇ ਮੈਂ ਅਮੀਰ ਹੋ ਜਾਂ। ਆਹੀਂ ਬਾਹਰ ਇਨੇ ਵਿਦੇਸ਼ਾਂ 'ਚ ਉਥੇ ਦਰਖਤ ਨਹੀਂ ਕੱਟਣ ਦਿੰਦੀ ਸਰਕਾਰ। ਤੇ ਜਿਨ੍ਹਾਂ ਨੇ ਦਰਖਤ ਸੋ ਕਰਨਾ ਦਾ ਫਿਰ ਉਹਦੀਆਂ ਜੜਾਂ 'ਚ ਕੋਈ ਨਾ ਕੋਈ ਜ਼ਹਿਰ ਦਿੰਦਾ ਰਹਿੰਦਾ ਵੀ ਹੌਲੀ-ਹੌਲੀ ਸੁੱਕ ਜੇ ਦਰਖਤ ਤੇ ਸੁੱਕੇ ਦੀ ਫਿਰ ਐਪਲੀਕੇਸ਼ਨ ਦੇ ਦਿੰਦੇ ਦਰਖਤ ਸੁੱਕ ਗਿਆ ਹੁਣ ਮੈਨੂੰ ਵੱਢ ਲੈਣ। ਤੇ ਉਹਨਾਂ ਨੂੰ ਆ ਵੀਰ ਇੱਥੇ ਦਾ ਹੀ ਆ ਤੇ ਵੀਰ ਕਹਿ ਰਿਹਾ ਵਾ ਵੀ ਜਿਹੜੇ ਬੱਚੇ ਖੇਡਣਾ ਹੁੰਦੇ ਨਾ ਉਹ ਗੁੰਬਦ ਤੱਕ ਚੜ ਜਾਂਦੇ ਆ ਇਹ ਬਿਲਡਿੰਗ ਦੇ ਉੱਤੇ। ਹਾਂ। ਤੇ ਕੀ ਕਹਿੰਨੇ ਤੁਸੀਂ ਰਹਿੰਦੇ ਗੁੰਬਦ ਦੇ ਵਿੱਚ ਉੱਥੇ ਉੱਥੇ ਕਲਕੋਚਰੀ ਤੇ ਉੱਲੂ ਉੱਲੂ ਤੇ ਸਮਝ ਗਿਆ ਮੈਂ ਕਲਕੋਚਰੀ ਕੀ ਹੁੰਦੀ ਇਹ ਉਹੋ ਜੀ ਹੁੰਦੀ ਹੈ ਜਿਵੇਂ ਉੱਲੂ ਹੁੰਦਾ ਬਿੱਲ ਬਤੋੜੀ ਜਿਹਨੂੰ ਅਸੀਂ ਸ਼ਾਇਦ ਕਹਿੰਨੇ ਆ ਸ਼ਾਇਦ ਅਸੀਂ ਉਹ ਛੋਟੀ ਹੁੰਦੀ ਉੱਲੂ ਤੋਂ ਛੋਟੀ ਹਾਂ ਉਹ ਬਿੱਲ ਬਤੋੜੀ ਵੀ ਕਹਿੰਨੇ ਆ ਅਸੀਂ ਉਹਨੂੰ ਅੱਛਾ ਉਹ ਰਹਿੰਦੇ ਇੱਥੇ ਕੁਦਰਤੀ ਉਹ ਹੀ ਰਹਿੰਦੇ ਹੁੰਦੇ ਇਹੋ ਜੇ ਮਾਫ ਕਰਨਾ ਉਹ ਜੜੇ ਥਾਵਾਂ ਦੇ ਉੱਤੇ ਸੋ ਚਲੋ ਬਿਲਡਿੰਗ ਦੇ ਤੁਸੀਂ ਦਰਸ਼ਨ ਕਰ ਲਏ ਆ ਜੀ ਇਹੀ ਹੈ ਜੀ ਭਾਈ ਯਾਦ ਤੰਤਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਖਤਮ ਹੋ ਜਾਣੀ ਹੈ ਛੇਤੀ ਤੇ ਜਿਸ ਦਿਨ ਇਹ ਇਨੇ ਤੜਾਮ ਕਰਕੇ ਢਿਗ ਪੈਣਾ ਕਿਉਂਕਿ ਅਖੀਰ ਕਿੰਨਾ ਕਚਰੇ ਡੀਕੇ ਕੀ ਸਿੱਖਾਂ ਨੂੰ ਆਹ ਦੇਖੋ ਮਗੋਂ ਰਸ਼ਾਤ ਚ ਹੀ ਦਿਖਾਈ ਦੇ ਜਾ ਰਿਆ ਉੱਥੇ ਕਹਿੰਦਾ ਚੜ ਜਾਂਦੇ ਤਾਂ ਨਿਆਣੇ ਖੇਡਦੇ ਖੇਡਦੇ ਇਧਰੋਂ ਹੀ ਆਪਾਂ ਆਏ ਆ ਵਾਪਸ ਜਾ ਰਹੇ ਆ ਇਧਰ ਕਾਦੀ ਪਿੰਡ ਪਿੰਡ ਹੈ ਸੋਨ ਸਿੰਘ ਸੀਤਲ ਜੀ ਹੋਣਾ ਦਾ ਤੇ ਇਧਰ ਤਰਗੇ ਪਿੰਡ ਹੈ ਦੂਰ ਦਿਖਾਈ ਦਿੰਦਾ ਇਹ ਪਿੰਡ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਪੀਰੋ ਵਾਲਾ ਹੈ ਇੱਥੇ ਅਸੀਂ ਲੱਭਣਾ ਹੈ ਹੀ ਵੀ ਤੂਤਾਂ ਵਾਲਾ ਖੂਨਾਵਲ ਇਸੇ ਪਿੰਡ 'ਚ ਲਿਖਿਆ ਗਿਆ ਹੈ ਇਸੇ ਪਿੰਡ ਦੀ ਕਹਾਣੀ ਹੈ ਜੀ ਅਸੀਂ ਇੱਕ ਦੋ ਜਣਿਆਂ ਤੋਂ ਪਤਾ ਕੀਤਾ ਹੈ ਪੁਰਾਣਾ ਵੀ ਪੁੱਛਿਆ ਕੋਈ ਪੁਰਾਣਾ ਖੂਬ ਵੀ ਨਹੀਂ ਹੈਗਾ ਤੂਤਾਂ ਵਾਲਾ ਖੂ ਜਦੋਂ ਪੁੱਛਦੇ ਉਦੋਂ ਦੇ ਬਿਲਕੁਲ ਫੇਸ ਹੀ ਬਲੈਂਕ ਹੋ ਜਾਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਤੂਤਾਂ ਵਾਲਾ ਖੂ ਕਦੀ ਸੁਣਿਆ ਕੋਈ ਪੁਰਾਣਾ ਖੂ ਵੀ ਕਹਿੰਦੇ ਕੋਈ ਨਹੀਂ ਹੈਗਾ ਪਿੰਡ ਦੇ ਵਿੱਚ ਚਲੋ ਅਸੀਂ ਹੁਣ ਅੱਗੇ ਚੱਲਦੇ ਆਂ ਇੱਥੋਂ ਕਸੂਰ ਵੱਲ ਨੂੰ ਆਪਣੀ ਮੰਜ਼ਿਲ ਹੈ ਉਹ ਵੀ ਬਾਪੂ ਬੈਠਾ ਇੱਕ ਹੋਰ ਉਹਨੂੰ ਪੁੱਛ ਹੀ ਲਓ ਇੱਥੋਂ ਫਿਰ ਮੁੜ ਕੇ ਗਾਂ ਚੱਲੀਏ ਹਾਂਜੀ ਬਾਪੂ ਜੀ ਇਹ ਪਿੰਡ ਕਿਹੜਾ ਵਾ ਪਿਰੂ ਵਾਲਾ ਪਿਰੂ ਵਾਲਾ ਤੇ ਇੱਥੇ ਤੂਤਾਂ ਵਾਲਾ ਖਾਉ ਸੁਣਿਆ ਤੁਸੀਂ ਕਦੀ ਐ ਉਹ ਵੱਡੇ ਇੱਕ ਬਣਾ ਗੱਲ ਕਰਦੇ ਸੀ ਵੀ ਇੱਧਰ ਹੈਗਾ ਹੀ ਆ ਰੂਹੀ ਦੇ ਵਿੱਚ ਤੱਫੂ ਵਾਲੇ ਦੇ ਉਰਲੇ ਪਾਸੇ ਤੇ ਪਿਰੂ ਵਾਲੇ ਦੇ ਨਾਲ ਸੀ ਏ ਕੀ ਸੀ ਤੇ ਹੁਣ ਨਹੀਂ ਹੈਗਾ ਨਹੀਂ ਜੀ ਖਤਮ ਹੋ ਗਈਆਂ ਕਹਾਣੀਆਂ ਸਾਡੀ ਹੋਣੇ ਨਹੀਂ ਉਗਲਦੀ ਹੈਗੀ ਅੱਛਾ ਚਲੋ ਠੀਕ ਆ ਫੇਰ ਐ ਮਿਹਰਬਾਨੀ ਤੁਹਾਡੀ ਮਿਹਰਬਾਨੀ ਹੋਰ ਆ ਜਿਓ ਸਰ ਕੋ ਚਾਹ ਚੂ ਬਸ ਜੀ ਬਸ ਮਿਹਰਬਾਨੀ ਜੀ ਆ ਜਿਓ ਪੀ ਲਓ ਬਸ ਜੀ ਹੁਣ ਚੱਲੀਏ ਫੇਰ ਕਾਨੂੰ ਇੱਕ ਪੈਟਰੋਲ ਪੰਪ ਦਿਖਾਉਂਦੇ ਜੀ ਆ ਵੀ ਪੈਟਰੋਲ ਪੰਪ ਹੁੰਦੇ ਆ ਦੁਕਾਨ ਆ ਦੁਕਾਨ ਦੇ ਵਿੱਚ ਪਿੱਛੇ ਕੈਮ ਰੱਖੇ ਆ ਆ ਮਸ਼ੀਨ ਆ ਥੱਲੇ ਟਾਇਰ ਲੱਗੇ ਆ ਦਿਨੇ ਖੋਲ ਕੇ ਮਸ਼ੀਨ ਟਾਇਰਾਂ ਨਾਲ ਧੱਕ ਕੇ ਬਾਹਰ ਲੈ ਆਉਂਦੇ ਇੱਥੋਂ ਤੇਲ ਪਾ ਦੇਣਾ ਇਹਨਾਂ ਨੇ ਰਾਤ ਨੂੰ ਜਾ ਕੇ ਅੰਦਰ ਕਰਕੇ ਫਿਰ ਲੋਕ ਲਾ ਕੇ ਲੈ ਜਾਣੀ ਆ ਇਹ ਵੀ ਕਮਾਲ ਹੀ ਆ ਜੀ ਇੱਥੇ ਪਿੰਡਾਂ ਦੇ ਵਿੱਚ ਜਿੱਥੇ ਪੈਟਰੋਲ ਪੰਪ ਕੱਟ ਹੁੰਦੇ ਉੱਥੇ ਇੱਥੇ ਇੱਕ ਜਿਹੜਾ ਟੈਂਪਰੇਰੀ ਤੇ ਵਧੀਆ ਤਰੀਕਾ ਬਣਾਇਆ ਹੋਇਆ ਆ ਸੋ ਜਿਵੇਂ ਆਪਾਂ ਨੂੰ ਹੁਣ ਪਤਾ ਲੱਗ ਗਿਆ ਕਿ ਖੂ ਐਕਚੁਅਲੀ ਇੱਥੇ ਹੈਗਾ ਸੀ ਹੁਣ ਉਹਦੀ ਕੋਈ ਨਿਸ਼ਾਨੀ ਨਹੀਂ ਹੈ ਲੋਕੇਸ਼ਨ ਵੀ ਨਹੀਂ ਪਤਾ 50 60 70 ਸਾਲ ਤੱਕ ਦੇ ਬੰਦਿਆਂ ਨੂੰ ਅਸੀਂ ਪੁੱਛ ਲਿਆ ਉਹ ਕਹਿੰਦੇ ਵੱਡੇ ਦੱਸਦੇ ਹੀ ਸੋ ਇਹ ਪਾਈ ਵੈਸੇ ਇਹੀ ਪਿੰਡ ਸੀ ਆਪਣੇ ਸਕੂਲਾਂ ਵਿੱਚ ਅੱਜ ਵੀ ਪੜਾਇਆ ਜਾਂਦਾ ਤੂਤਾਂ ਵਾਲਾ ਖੂਦ ਨਾਵਲ ਅਸੀਂ ਵੀ ਪੜਿਆ ਹੈ ਸਕੂਲਾਂ ਵਿੱਚ ਤਾਂ ਇੰਟਰਸਟ ਸੀਗਾ ਬਹੁਤ ਵਧੀਆ ਤੇ ਗੱਲ ਕਰਦਿਆਂ ਕਰਦਿਆਂ ਮੇਰੇ ਮਨ 'ਚ ਇੱਕ ਹੋਰ ਇੱਛਾ ਜਾਗ ਪਈ ਕਿ ਹੁਣ ਦੁਬਾਰਾ ਪੜਨਾ ਹੈ ਵੇਖਣਾ ਉਦੋਂ ਸਕੂਲ ਚ ਤੇ ਹੋਰ ਫੀਲਿੰਗ ਆਉਂਦੀ ਸੀ ਹੁਣ ਕੀ ਫੀਲਿੰਗ ਆਉਂਦੀ ਏ ਨੂੰ ਪੜ ਕੇ ਹੁਣ ਅਸੀਂ ਇੱਥੋਂ ਚੱਲੇ ਆਂ ਜੀ ਅੱਗੇ ਕਸੂਰ ਕਸੂਰ ਸ਼ਹਿਰ ਪਹਿਲੀ ਵਾਰ ਅਸੀਂ ਵੀ ਪੈਰ ਰੱਖਣ ਲੱਗੇ ਆ ਉਹਦੇ ਵਿੱਚ ਇੱਥੇ ਬਾਬਾ ਬੁੱਲੇ ਸ਼ਾਹ ਜੀ ਇੱਥੋਂ ਦੇ ਸਨ ਉਹਨਾਂ ਦਾ ਇੱਥੇ ਬਣਿਆ ਹੋਇਆ ਸ਼ਰਾਈਨ ਉੱਥੇ ਆਪਾਂ ਹੁਣ ਚੱਲਦੇ ਆਂ ਇਹ ਜਿਹੜੀ ਸੜਕ ਹੈ ਜੀ ਫਿਰੋਜ਼ਪੁਰ ਨੂੰ ਚੱਲ ਗਈ ਹੈ ਇਹ ਲਾਹੌਰ ਫਿਰੋਜ਼ਪੁਰ ਰੋਡ ਇਹਨੂੰ ਕਹਿੰਦੇ ਆ ਤੇ ਥੋੜੀ ਅੱਗੇ ਜਾ ਕੇ ਨਾ ਮੁਲਤਾਨ ਵਾਲੀ ਵੀ ਆ ਕੇ ਮਿਲ ਜਣੀ ਤੇ ਉਹਨੂੰ ਕਹਿ ਦਿੰਦੇ ਫਿਰ ਦਿੱਲੀ ਮੁਲਤਾਨ ਰੋਡ ਅੱਜ ਕੱਲ ਕੋਈ ਲੈਂਦਾ ਨਾ ਦਿੱਲੀ ਮਲਤਾਨ ਰੋਡ ਦਾ ਇਹਨੂੰ ਡੀਐਮ ਰੋਡ ਅੱਜ ਵੀ ਕਿਹਾ ਜਾਂਦਾ ਇਧਰ ਪਾਕਿਸਤਾਨ 'ਚ ਡੀਐਮ ਦਾ ਮਤਲਬ ਹੀ ਹੈ ਦਿੱਲੀ ਮਲਤਾਨ ਰੋਡ ਤੇ ਆਪਾਂ ਹੁਣ ਇਧਰ ਮੁੜ ਪਏ ਆਂ ਸ਼ਹਿਰ ਦੇ ਵਿੱਚ ਕਸੂਰ ਸ਼ਹਿਰ ਆ ਸਾਰਾ 25 ਕਿਲੋਮੀਟਰ ਆ ਫਿਰੋਜ਼ਪੁਰ ਤੋਂ ਪਰ ਆ ਨਹੀਂ ਸਕਦਾ ਕੋਈ ਨਾ ਹੀ ਕੋਈ ਜਾ ਸਕਦਾ ਅਸੀਂ ਆ ਜਾ ਗਏ ਆਂ ਜੀ ਸਾਡੇ ਧੰਨ ਭਾਗ ਹੋ ਗੇ